ਬਿਲਕੁਲ ਨਹੀਂ ਬਿਲਕੁਲ ਬੇਬੁਨਿਆਦ ਗੱਲਾਂ ਇਹਦਾ ਮੁਸਲਮਾਨ ਵਿਰੋਧ ਇਸ ਕਰਕੇ ਕਰਦੇ ਮੈਂ ਹੁਣ ਤੁਹਾਨੂੰ ਦੱਸ ਹੀ ਦਿੰਦਾ ਜੀ ਬਿਲਕੁਲ ਸਭ ਤੋਂ ਜ਼ਿਆਦਾ ਸਾਰਾ ਇਹ ਮੁਸਲਮਾਨਾਂ ਨੂੰ सच्चे मुसलमान की डेफिनेशन है तुहाडी नजर दे विच बाबा कुलजीत सिंह दी नजर दे विच सच्चा मुसलमान ते नकली मुसलमान की डेफिनेशन सच्चे मुसलमान ओ आ जिहड़े गुरु साहिब दे नाल भी चलदे रहे आ जी हुण जिहड़े भेखी मुसलमान मैं तुहानूं दसदा ना ਜਿਹੜੇ ਸੱਚਾ ਮੁਸਲਮਾਨ ਆ ਉਹ ਜਿੱਥੇ ਵੀ ਮਸਜਿਦ ਵਗੈਰ ਬਣਾਉਂਦੇ ਆ ਨਾ ਜੋ ਵੀ ਮਜ਼ਾਰ ਆਪਣੀ ਬਣਾਉਣੀ ਆ ਉਹ ਪਵਿੱਤਰ ਤੇ ਪਾਕ ਜਗ੍ਹਾ ਹੁੰਦੀ ਉੱਥੇ ਕੁਛ ਨੀ ਬਣਿਆ ਹੁੰਦਾ ਜੀ ਜੀ ਜਿਹੜੇ ਭੇਖੀ ਮੁਸਲਮਾਨ ਆ ਤੇ ਮੰਦਰ ਢਾ ਕੇ ਮਸਜਿਦ ਬਣਾਉਂਦਾ ਦੱਸੋ ਇਹ ਸੱਚੇ ਮੁਸਲਮਾਨ ਦਾ ਕੰਮ ਆ ਜੀ ਬਿਲਕੁਲ ਫਿਰ ਨੰਬਰ 1 ਨੰਬਰ 2 ਉਹਦੇ ਵਿੱਚ ਇਹ ਆ ਵੀ ਜਿਹੜਾ ਕਾਫਰ ਆ ਉਹ ਦੂਜੇ ਗੈਰ ਮੁਲਕ ਦੇਸ਼ ਦੇ ਵਿੱਚ ਨਹੀਂ ਰਹਿ ਸਕਦਾ ਜੀ ਠੀਕ ਹੈ ਨਾ ਜੇ ਇੰਨੀ ਉਹਨੂੰ ਤਕਲੀਫ ਆ ਜੇ ਸੱਚੇ ਮੁਸਲਮਾਨ ਤੇ ਛੱਡ ਦੇਣ ਇੰਡੀਆ ਪਾਕਿਸਤਾਨ ਨੇ ਲਿਆ ਹੀ ਹੋਇਆ ਜੀ ਹੋਰ 57 ਅਰਬ ਕੰਟਰੀਆਂ ਉੱਥੇ ਕਿਉਂ ਨਹੀਂ ਜਾਂਦੇ ਜੀ ਜਿਹੜੇ ਸੱਚੇ ਮੁਸਲਮਾਨ ਆ ਉਹ ਤੇ ਮੁਸਲਮਾਨ ਆਪਣਾ ਜਿਹੜਾ ਦੇਸ਼ ਆ ਜਿਹੜਾ ਧਰਮਾਂ ਨਾਲ ਵੱਖ ਆ ਉਹਦੇ ਵਿੱਚ ਰਹਿਣਗੇ ਇਹ ਤੇ ਸਾਰਾ ਆਪਣੀਆਂ ਅਯਾਸ਼ੀਆਂ ਕਰਕੇ ਕਰ ਰਹੇ ਆ ਜੀ ਠੀਕ ਆ ਨਹੀਂ ਇਹਦੇ ਵਿੱਚ ਹਲਾਲਾ ਬੰਦ ਹੋਣਾ ਪਹਿਲੀ ਗੱਲ ਜੀ ਬਿਲਕੁਲ ਹਲਾਲਾ ਹੁਣ ਹਲਾਲਾ ਤੁਹਾਨੂੰ ਮੈਂ ਦੱਸੀ ਦੇਣਾ ਸੰਗਤ ਨੂੰ ਜੀ ਇਹ ਮੰਨ ਲਓ ਕਿ ਮੈਂ ਮੁਸਲਮਾਨ ਆ ਮੈਂ ਕਿਸੇ ਲੜਕੀ ਦੇ ਨਾਲ ਵਿਆਹ ਕਰਾ ਲਿਆ ਆਪਣੇ ਨਾਲ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਮੇਰੀ ਚਲੋ ਉਹਨੂੰ ਨਾਲ ਨਿਕਾਹ ਹੋਣ ਵਾਲਾ ਜਾਂ ਕੁਝ ਵੀ ਲੈ ਲਓ ਮੇਰੀ ਕੁਝ ਟਾਈਮ ਉਹਦੇ ਅਣਬਣ ਹੋ ਗਈ ਜੀ ਠੀਕ ਆ ਮੈਂ ਗੁੱਸੇ 'ਚ ਤਲਾਕ 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 ਕਹਿਤਾ ਜੋ ਮੋਦੀ ਸਾਹਿਬ ਨੇ ਬੰਦ ਕੀਤਾ ਜੀ ਜੀ ਉਹਦਾ ਤਲਾਕ ਹੋ ਜਾਂਦਾ ਸੀ ਜੀ ਉਹ ਫਿਰ ਜਦੋਂ ਗੁੱਸੇ 'ਚ ਜ਼ਾਹਰ ਜੀ ਗੱਲ ਆ ਵੀ ਦੋਨੇ ਪਾਸੇ ਗਰਮ ਹੁੰਦੇ ਆ ਜਦੋਂ ਮਹੀਨੇ ਬਾਅਦ ਸੋਚਦੇ ਸੀ ਵੀ ਉਹ ਕਹਿੰਦੀ ਹੁਣ ਮੈਂ ਗੁਜ਼ਾਰਾ ਕਿੱਦਾਂ ਕਰੂੰ ਕਿਉਂਕਿ ਮੈਂ ਆਪਣੇ ਬੱਚੇ ਇਹ ਬੋਲੀ ਲੈ ਕੇ ਚੱਲਦੇ ਆ ਜੀ ਠੀਕ ਆ ਨਾ ਜੀ ਉਹਦੇ ਵਿੱਚ ਜਦੋਂ ਦੁਆਰਾ ਕਹਿੰਦੀ ਸੀ ਵੀ ਭਾਈ ਮੈਂ ਤੇਰੇ ਆਣ ਕੇ ਬਸਣਾ ਆ ਉਹਦੇ ਵਿੱਚ ਹਲਾਲਾ ਕਿਹਾ ਜਾਂਦਾ ਵੀ ਉਹ ਜਿਹੜੀ ਕੁੜੀ ਹੁੰਦੀ ਸੀ ਨਾ ਉਹਨੂੰ ਪਹਿਲਾਂ ਅਦਰ ਨਾਲ ਮੈਰਿਜ ਕਰਨੀ ਪੈਂਦੀ ਸੀ ਕਿਸੇ ਹੋਰ ਨਾਲ ਕਿਸੇ ਹੋਰ ਨਾਲ ਜੀ ਇਹ ਹਲਾਲਾ ਹੀ ਦੱਸਦਾ ਤੁਹਾਨੂੰ ਜੀ 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 ਚਾਹੇ ਉਹ ਕਾਜੀ ਉਹਨੂੰ 7-8 ਦਿਨ ਰੱਖੇ ਜੀ ਚਾਹੇ ਹੋਰ ਕੋਈ ਰੱਖੇ ਫਿਰ ਉਧਰੋਂ ਤਲਾਕ ਲਊਗੀ 3 ਤਲਾਕ ਤੇ ਫਿਰ ਉਹ ਵਾਪਸ ਠੀਕ ਆ ਵਾਪਸ ਆਪਣੇ ਪਤੀ ਕੋਲ ਆ ਸਕਦੀ ਫਿਰ ਪਤੀ ਕੋਲ ਆ ਸਕਦੀ ਪਹਿਲੀ ਗੱਲ ਇਹ ਬੰਦ ਹੋਣੀ ਇਸ ਗੱਲ ਤੋਂ ਇਹਨਾਂ ਨੂੰ ਸਾੜਾ ਵੀ ਸਾਡੀ ਤਾਂ ਜਿਹੜੀ ਐਸ਼ਪ੍ਰਸਤੀ ਉਹ ਬੰਦ ਹੋ ਗਈ ਬਿਲਕੁਲ ਠੀਕ ਆ ਦੂਜੀ ਗੱਲ ਸ਼ਰੀਆ ਕਾਨੂੰਨ ਜਿਹੜਾ ਸ਼ਰੀਆ ਕਾਨੂੰਨ ਅੱਜ ਤੋਂ 14 ਸਾਲ ਪਹਿਲਾਂ ਉਹ ਰੇਗਿਸਤਾਨ 'ਚ ਬਣਿਆ ਜੀ ਉਦੋਂ ਹਾਲਾਤ ਕੁਝ ਸੀਗੇ ਜੀ ਅੱਜ ਕੁਛ ਆ ਹੁਣ ਇਹ ਥੋੜਾ ਆ ਵੀ ਤੁਸੀਂ 1400 ਸਾਲ ਪੁਰਾਣਾ ਕਾਨੂੰਨ ਹੀ ਲੈ ਕੇ ਤੁਰੇ ਫਿਰੋਗੇ ਵੀ ਨਹੀਂ ਅਸੀਂ ਇਹ ਆ ਤੇ ਨਹੀਂ ਅਸੀਂ ਜਾਂ ਤੇ ਜੇ ਮੰਨਣਾ ਜੇ ਸ਼ਰੀਆ ਕਾਨੂੰਨ ਤੁਸੀਂ ਮੰਨਦੇ ਤੁਸੀਂ ਯੂਨੀਫਰਮ ਸਿਵਲ ਕੋਡ ਨੂੰ ਨਹੀਂ ਮੰਨਦੇ ਜੀ ਫਿਰ ਜਿਹੜਾ ਦੂਜਾ ਐਕਟ ਇਹਨਾਂ ਦਾ ਵੀ ਜੇ ਕੋਈ ਚੋਰੀ ਕਰਦਾ ਸੀ ਉਹਦੀ ਅੱਖ ਕੱਢੀ ਜਾਂਦੀ ਸੀ ਜੇ ਕੋਈ ਹੈਨਾ ਜੀ ਫਿਰ ਉਹ ਵੀ ਮੰਨੋ ਫਿਰ ਉਹ ਲਾਗੂ ਕਰੋ ਫਿਰ ਉਹ ਵੀ ਲਾਗੂ ਕਰੋ ਜੀ ਬਿਲਕੁਲ ਫਿਰ ਉਹ ਕਿਉਂ ਨਹੀਂ ਲਾਗੂ ਕਰਦੇ ਫਿਰ ਇੰਡੀਅਨ ਸਟੇਟ ਦੇ ਅੰਦਰ ਕਿਉਂ ਆਉਂਦੇ ਆ ਵੀ ਜੇ ਅਸੀਂ ਚੋਰੀ ਕੀਤੀ ਸਾਡੇ ਤੇ ਪਰਚਾ ਦਰਜ ਜੀ ਜੀ ਇਹ ਵਿਰੋਧ ਸਿਰਫ ਉਹ ਕਰਦੇ ਆ ਜਿਨ੍ਹਾਂ ਦੀਆਂ ਅਯਾਸ਼ੀਆਂ ਬੰਦ ਹੋ ਰਹੀਆਂ ਜੀ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ ਤੇ ਪਹਿਲਾਂ ਹੀ ਮੈਰਿਜ ਹੁੰਦੀ ਆ ਹਾਂ ਸਾਰਾ ਕੁਝ ਕਹਿ ਲਈ ਆਪਾਂ ਯੂਨੀਫਾਰਮ ਸਿਵਲ ਕੋਡ ਦੇ ਅਕੋਰਡਿੰਗ ਹੀ ਚੱਲਦਾ ਹਿੰਦੂ ਸਿੱਖ ਧਰਮ ਦੇ ਵਿੱਚ ਅੰਦਰ ਹੀ ਚੱਲਦਾ ਜਿਹੜੇ ਵਿਰੋਧ ਕਰਦੇ ਆ ਉਹ ਇਸੇ ਕਰਕੇ ਕਰਦੇ ਤੁਸੀਂ ਮਤਲਬ ਕਹਿਣ ਦਾ ਭਾਵ ਹੈ ਜੇ ਸਰਕਾਰ ਇਹ ਕਾਨੂੰਨ ਲਿਆਉਂਦੀ ਹੈ ਤੁਸੀਂ ਸਪੋਰਟਰ ਹੋ ਸਰਕਾਰ ਦੇ ਕੇਂਦਰ ਦੇ ਸਪੋਰਟਰ ਹੋ ਤੁਸੀਂ ਬਿਲਕੁਲ ਬਿਲਕੁਲ ਸਪੋਰਟਰ ਹਾਂ ਦੇਖੋ ਹੁਣ ਮੈਂ ਕਈ ਬੰਦਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਯੂਨੀਫਾਰਮ ਸਿਵਲ ਕੋਡ ਕੀ ਹੈ ਉਹ ਤੁਹਾਨੂੰ ਪਤਾ ਕਹਿੰਦੇ ਕਹਿੰਦੇ ਉਹ ਤੇ ਬਾਬਾ ਜੀ ਇਹ ਆ ਜਾਣਾ ਵੀ ਇੱਕ ਦੇਸ਼ ਤੇ ਇੱਕੋ ਹੀ ਵਰਦੀ ਵਰਦੀ ਨਹੀਂ ਇੱਕ ਦੇਸ਼ ਤੇ ਇੱਕੋ ਕਾਨੂੰਨ ਹੁੰਦਾ ਇੱਕੋ ਕਾਨੂੰਨ ਵੀ ਇੱਕ ਕਾਨੂੰਨ ਹੋਵੇ ਇੱਕ ਧਾਰਾ ਹੋਵੇ ਪੰਜਾਬ 'ਚ ਵੀ ਉਹੀ ਲੱਗਦੀ ਹੋਵੇ ਜੰਮੂ ਕਸ਼ਮੀਰ 'ਚ ਵੀ ਉਹੀ ਲੱਗਦੀ ਹੋਵੇ ਹੁਣ ਮੇਰੀ ਗੱਲ ਸੁਣੋ ਆ ਹੁਣ ਸੈਂਟਰ ਨੇ ਕੀਤਾ